Thank you ਸਾਰੇ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਅੱਜ ਗੱਲ ਕਰਾਂਗੇ ਸੰਵੇਦਨਾ ٹرسٹ ਦੀ ਜੋ ਕਿ ਹਮੇਸ਼ਾ ਹੀ ਲੋਕਾਂ ਦੀ ਸੇਵਾ ਦੇ ਵਿੱਚ ਤਤਪਰ ਰਹਿੰਦਾ ਹੈ ਹਰ ਸਮੇਂ ਇਹ ਲੋਕਾਂ ਦੀ ਭਲਾਈ ਲਈ ਅੱਗੇ ਖੜਾ ਰਹਿੰਦਾ ਹੈ ਚਾਹੇ ਕੋਈ ਆਪਦਾ ਹੋਵੇ ਚਾਹੇ ਕਿਸੇ ਤਰ੍ਹਾਂ ਦੀ ਵੀ ਸਿਚੁਏਸ਼ਨ ਹੋਵੇ ਇਹ ਢਾਲ ਬਣ ਕੇ ਖੜਿਆ ਹੁੰਦਾ ਹੈ ਤੇ ਹਮੇਸ਼ਾ ਹੀ ਇਹ ਜਨ ਜਨ ਦੀ ਸੇਵਾ ਕਰਦਾ ਹੋਇਆ ਨਜ਼ਰ ਆਉਂਦਾ ਹੈ ਲੇਕਿਨ ਹਾਂ ٹرسٹ ਕਿਵੇਂ ਕਦੋਂ ਸ਼ੁਰੂ ਹੋਇਆ ਸੀ ਕਿਹੜੇ ਆਦਰਸ਼ਾਂ ਤੇ ਸ਼ੁਰੂ ਹੋਇਆ ਤੇ ਅੱਜ ਇੰਨੇ ਟਾਈਮ ਬਾਦ ਇਸ ٹرسٹ ਦੇ ਵਿੱਚ ਕੀ ਕੀ ਨਵੀਆਂ ਚੀਜ਼ਾਂ ਜੁੜੀਆਂ ਨੇ ਇਹ ਜਾਨਣਾ ਬਹੁਤ ਖਾਸ ਹੋਣ ਵਾਲਾ ਹੈ ਸੋ ਇਹ ਸਾਰੇ ਸਵਾਲ ਲੈ ਕੇ ਅੱਜ ਮੈਂ ਪਹੁੰਚੀ ਹਾਂ ਸਾਡੇ ਨਾਲ ਨੇ ਸੰਵੇਦਨਾ ٹرسٹ ਦੇ ਚੇਅਰਪਰਸਨ ਸੁਭਾਸ਼ ਗੁਪਤਾ ਜੀ ਆਓ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਿਟੀ ਹੋਮ ਨਿਊਜ਼ ਦੇ ਸੱਜਣਾ ਜੀ ਸੱਜਣਾ ਜੀ ਕੀ ਹਾਲ ਚੱਲਦਾ ਬਹੁਤ ਬੜੀਆ ਜੀ ਬੜੀਆ ਮੈਂ ਵੀ ਪ੍ਰੈਸ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਸੰਵੇਦਨਾ ٹرسٹ ਦੇ ਮਾਧਿਅਮ ਨਾਲ ਸਾਰਾ ਕੁਝ ਜਨ ਜਨ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਜੀ 2009 ਤੋਂ ਲੈ ਕੇ 2023 ਕਿਵੇਂ ਲੰਘਿਆ ਸਮਾਂ ਤੇ ਕੀ ਕੀ ਨਵੀਆਂ ਚੀਜ਼ਾਂ ਨੂੰ ਤੁਸੀਂ ਜੋੜਿਆ ਅਸੀਂ ਸੰਵੇਦਨਾ ٹرسٹ 2009 ਚ ਸਟਾਰਟ ਕੀਤਾ ਸੀ ਮੈਂ ਸੁਭਾਸ਼ ਗੁਪਤਾ ਰਵਿੰਦਰ ਅਰੋੜਾ ਜੀ ਤੇ ਵਿਕਾਸ ਡਾਕਟਰ ਵਿਕਾਸ ਜਿੰਦਲ ਅਸੀਂ ਸ਼ਿਰਨਗਰ ਜਾ ਰਹੇ ਸੀ ਤੇ ਰਸਤੇ ਚ ਇੱਕ ਐਕਸੀਡੈਂਟ ਹੋਇਆ ਹੋਇਆ ਸੀ ਜਿਨ੍ਹਾਂ ਨੂੰ ਕੋਈ ਵੀ ਚੱਕ ਨਹੀਂ ਰਿਹਾ ਸੀਗਾ ਤੇ ਅਸੀਂ ਆਪਣੀ ਫੈਮਿਲੀ ਦੇ ਨਾਲ ਸੀਗੇ ਤੇ ਉਹਨਾਂ ਨੂੰ ਅਸੀਂ ਆਪਣੀ ਐਂਬੂਲੈਂਸ ਚ ਪਾ ਕੇ ਸਿਵਲ ਹਸਪੀਟਲ ਲੈ ਗਏ ਤੇ ਉਹਨਾਂ ਦਾ ਟ੍ਰੀਟਮੈਂਟ ਕਰਵਾਇਆ ਤੇ ਉਹਦੋਂ ਫਿਰ ਅਸੀਂ ਸ਼ਿਨਗਰ ਚ ਪਹੁੰਚ ਕੇ ਇਹੀ ਮਨ ਬਣਾਇਆ ਕਿ ਅਸੀਂ ਉਦੋਂ 108 ਜਿਹੜੀ ਐਂਬੂਲੈਂਸ ਹੈਗੀ ਹੈ ਉਹ ਨਹੀਂ ਚੱਲਦੀ ਸੀਗੀ ਤੇ ਅਸੀਂ ਉੱਥੇ ਇਹ ਮਨ ਬਣਾਇਆ ਕਿ ਲੁਧਿਆਣਾ ਜਾ ਕੇ ਇੱਕ ਟਰੱਸਟ ਬਣਾ ਕੇ ਐਂਬੂਲੈਂਸ ਸਰਵਿਸ ਸ਼ੁਰੂ ਕਰੀਏ ਤੇ ਅਸੀਂ ਲੁਧਿਆਣੇ ਪਹੁੰਚੇ ਤੇ ਅਸੀਂ ਤਿੰਨਾਂ ਨੇ ਪਹਿਪੂਹੇ ਪਾ ਕੇ ਇੱਕ ਐਂਬੂਲੈਂਸ ਲਿਆਂਦੀ ਪਹਿਲੋਂ ਤੇ ਇੱਕ ਐਂਬੂਲੈਂਸ ਨਾਲ ਹੀ ਉਹ ਅੱਗੇ-ਅੱਗੇ ਐਂਬੂਲੈਂਸਾਂ ਜੁੜਦੀਆਂ ਗਈਆਂ ਸਾਡੇ ਕੋਲ 9 ਐਂਬੂਲੈਂਸ ਹੋ ਗਈਆਂ ਤੇ ਓਮਕਾਰ ਸਿੰਘ ਪਾਵਾ ਜੀ ਹੈ ਵਨ ਸਾਈਕਲ ਵਾਲੇ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਤੇ ਰਵਿੰਦਰ ਅਰੋੜਾ ਜੀ ਦੀ ਪਿੱਛੇ ਡੈਥ ਹੋਣ ਕਰਕੇ ਫਿਰ ਹੁਣ ਹੇਮਨ ਸੂਜੀ ਅਸੀਂ ਪ੍ਰੈਜ਼ੀਡੈਂਟ ਹੈਗੇ ਆ ਔਰੇ ਉਹ ਬਹੁਤ ਜ਼ਿਆਦਾ ਸਾਡੀ ਮਦਦ ਕਰਦੇ ਆ ਤੇ ਸਿਵਲ ਹਸਪੀਟਲ ਚ ਅਸੀਂ ਮੋਰਚਰੀ ਵੀ ਬਣਵਾਈ ਹੈ ਜਿੱਚ 70 ਡੈਡ ਬੋਡੀਆਂ ਆ ਜਾਂਦੀਆਂ ਤੇ ਪਹਿਲਾਂ ਉਰੇ ਸਿਵਲ ਹਸਪੀਟਲ ਚ ਕੋਈ ਮੋਰਚਰੀ ਨਹੀਂ ਸੀਗੀ ਤੇ ਹੁਣ ਬਹੁਤ ਵਧੀਆ ਮੋਰਚਰੀ ਬਣਾਈ ਹੈ ਤੇ ਉਸ ਤੋਂ ਬਾਅਦ ਸਾਡੇ ਕੋਲੇ ਆਪਣਾ ਸ਼ਾਹਵਾਹਨ ਹੈਗੇ ਆ ਚਾਰ ਸ਼ਾਹਵਾਹਨ ਹੈ ਪੰਜ ਡੀ ਫ੍ਰੀਜ਼ਰ ਹੈ ਜਿਹਦੇ ਵੀ ਕਾਰ ਕੋਈ ਦੁੱਖ ਹੁੰਦਾ ਹੈ ਅਸੀਂ ਡੀ ਫ੍ਰੀਜ਼ਰ ਉਹਨੂੰ ਫ੍ਰੀ ਆਫ ਕਾਸਟ ਭੇਜਦੇ ਹਾਂ ਤੇ ਸਿਵਲ ਹਸਪਤਲ ਵਾਲੇ ਵੀ ਜਿਹੜੀ ਵੀ ਮਸ਼ੀਨ ਕਹਿੰਦੇ ਐ ਅਸੀਂ ਸੰਵੇਦਨਾ ٹرسٹ ਵੱਲੋਂ ਉਹਨਾਂ ਨੂੰ ਪ੍ਰੋਵਾਈਡ ਕਰਵਾਈਦੀ ਹੈ ਤੇ ਅੱਜ ਅਸੀਂ ਸੰਵੇਦਨਾ ٹرسٹ ਵੱਲੋਂ ਬਲੱਡ ਮੈਚਿੰਗ ਮਸ਼ੀਨ ਇੱਕ ਡੋਨੇਟ ਕੀਤੀ ਹੈ ਜਿਹੜੀ ਕਿ ਹੇਮਨ ਸੂਜੀ ਨੇ ਦਿੱਤੀ ਹੈ ਤੇ ਉਹ ਪਹਿਲੋਂ ਹੱਥ ਨਾਲ ਬਲੱਡ ਮੈਚਿੰਗ ਕਰਦੇ ਸੀਗੇ ਉਹਨੂੰ ਡੇਢ ਤੋਂ 2 ਘੰਟੇ ਲੱਗ ਜਾਂਦੇ ਸੀ ਇਹਦੇ ਵਿੱਚ 10 ਤੋਂ 15 ਮਿੰਟ ਲੱਗਣਗੇ ਤੇ ਇਹਦੀ ਬਹੁਤ ਵਧੀਆ ਮਤਲਬ ਰਿਜ਼ਲਟ ਹੈ ਕੋਈ ਮਤਲਬ ਰਿਜ਼ਲਟ ਬਹੁਤ ਵਧੀਆ ਆਂਦੇ ਨੇ اچھا ਤਿੰਨ ਲੋਕਾਂ ਦੀ ਉਹ ਸੋਚ ਸੀਗੀ ਸ਼੍ਰੀਨਗਰ ਜਾਣ ਵੇਲੇ ਤੁਸੀਂ ਇੱਕ ਐਕਸੀਡੈਂਟ ਦੇਖਿਆ ਦੇਖਿਆ ਨਹੀਂ ਗਿਆ ਉਸ ਤੋਂ ਬਾਅਦ ਤੁਸੀਂ ਇਹ ठान ਲਿਆ ਕਿ ਮੈਂ ਇਹਦਾ ਹੈਲਪ ਕਰਨੀ ਹੈ ਲੋਕਾਂ ਦੀ ਉਹ ਤਿੰਨ ਲੋਕਾਂ ਦਾ ਜਿਹੜਾ ਗਰੁੱਪ ਸੀ ਅੱਗੇ ਕਿੰਨਾ ਵੱਡਾ ਕਾਫਲਾ ਬਣਿਆ ਮਤਲਬ ਕਿੰਨੇ ਜਾਣੇ ਇਸ ਟਾਈਮ ਵਰਕ ਕਰ ਰਹੇ ਨੇ ਤੁਹਾਡੇ ਨਾਲ ਸਾਡੇ ਟਰਸਟ 'ਚ ਇਸ ਟਾਈਮ 32 ਟਰਸਟੀ ਹੈ ਤੇ ਕੋਈ 90 ਮੈਂਬਰ ਬਨੇ ਹੋਏ ਆ ਜਿਹੜੇ ਮੈਂਬਰ ਆ ਉਹ ਤੋਂ ਅਸੀਂ 15000 ਰੁਪਏ ਮੈਂਬਰਸ਼ਿਪ ਫੀਸ ਲੈਨੇ ਈਅਰਲੀ ਤੇ ਟਰਸਟੀਆਂ ਤੋਂ ਅਸੀਂ ਲੱਖ ਰੁਪਇਆ ਹਰ ਸਾਲ ਲੈਨੇ ਆ ਤੇ ਉਸ ਤੋਂ ਬਾਅਦ ਲੋਕਾਂ ਦੀ ਮਦਦ ਬਹੁਤ ਮਿਲਦੀ ਸਾਨੂੰ ਇਹ ਇਕੱਲਾ ਦਾ ਬੰਦਾ ਕੋਈ ਟਰਸਟ ਚਲਾ ਨਹੀਂ ਸਕਦਾ ਇਹ ਸਾਰੇ ਲੋਕਾਂ ਦਾ ਉਪਰਾਲਾ ਹੈ ਕਿ ਇਹ ਟਰਸਟ ਚੱਲੀ ਆ ਰਿਹਾ ਤੇ ਹੇਮਨ ਸੂਜੀ ਤੇ ਔਕਰ ਸਿੰਘ ਪਾਵਾ ਜੀ ਦਾ ਕਾਫੀ ਸਹਿਯੋਗ ਰਹਿੰਦਾ ਸਾਨੂੰ ਉਹਦੇ ਨਾਲੇ ਕੰਮ ਬਹੁਤ ਵਧੀਆ ਚੱਲ ਰਿਹਾ ਕਦੇ ਕਦੇ ਡੋਲੇ ਨਹੀਂ 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 ਇਹ ਤਾਂ ਕਦੀ ਘਾਟਾ ਨਹੀਂ ਪਿਆ ਤੁਨੂੰ ਇਹ ਅੱਗੇ ਅੱਗੇ ਵਧੀ ਜਾ ਰਿਹਾ ਹੈ ਤੇ ਅਸੀਂ ਬਲੱਡ ਡੋਨੇਟ ਕੈਂਪ ਵੀ ਕਾਫੀ ਲਗਾ ਰਹੇ ਹਾਂ ਤੇ ਉਹ ਵੀ ਮੇਰਾ ਕੱਲ 20-25 ਕੈਂਪ ਲਗਾ ਚੁੱਕੇ ਹਾਂ ਅਸੀਂ ਬਲੱਡ ਡੋਨੇਟ ਕੈਂਪ ਤੇ ਮੈਂ ਖੁਦ ਵੀ ਮੇਰਾ ਉਹ ਨੈਗੇਟਿਵ ਬਲੱਡ ਹੈ ਮੈਂ 90 ਟਾਈਮ 90 ਵਾਰੀ ਬਲੱਡ ਦੇ ਚੁੱਕਾ ਹਾਂ ਉਹ ਨੈਗੇਟਿਵ ਮੇਰਾ ਗਰੁੱਪ ਹੈ ਤੇ ਕਿਸੇ ਨੂੰ ਵੀ ਲੋੜ ਹੋਵੇ ਉਹ ਨੈਗੇਟਿਵ ਦੀ ਅਸੀਂ ਹਮੇਸ਼ਾ ਉਹਨਾਂ ਨਾਲ ਖੜੇ ਆ। ਸੋ ਹੁਣ ਜੱਜਪ੍ਰੀਤ ਸਾਡੇ ਨਾਲ ਗੱਲਬਾਤ ਕਰਨ ਵਾਲੇ ਨੇ। ਸੋ ਇਹਨਾ ਤੋਂ ਇਹ জানা ਬਹੁਤ ਖਾਸ ਹੋਏਗਾ ਕਿ ਕਿਹੜੇ-ਕਿਹੜੇ ਮਤਲਬ ਸ਼ਹਿਰਾਂ ਦੇ ਵਿੱਚ ਹੋਰ ਲੁਧਿਆਣਾ ਤੋਂ ਇਲਾਵਾ ਇਹ ਸੇਵਾ ਨਿਭਾ ਰਹੇ ਨੇ। ਦੇਖੋ ਸਾਡੀ ਜਿਹੜੀ ਐਂਬੂਲੈਂਸ ਹੈ 40 ਰੇਡੀਅਸ 80 ਕਿਲੋਮੀਟਰ ਅਪ ਡਾਊਨ ਜਿਹੜਾ ਕਿ ਫ੍ਰੀ ਆਫ ਕਾਸਟ ਅਸੀਂ ਦੇ ਰਹੇ ਆ। ਉਸ ਤੋਂ ਬਾਅਦ ਵੀ ਅਸੀਂ ਜੇ ਕਿਤੇ ਪੀਜੀਆ ਰਜਿੰਦਰਾ ਕਿਤੇ ਵੀ ਆਊਟ ਆਊਟ ਆਫ ਸਟੇਟ ਅਸੀਂ ਵੈਸੇ ਭੇਜਦੇ ਆ। ਆ ਹੁਣ ਵੀ ਤੁਸੀਂ ਦੇਖਣਾ ਇਨਸੀਡੈਂਟ ਜਿਹੜਾ ਗੈਸਪੁਰੇ ਵਾਲਾ ਹੋਇਆ ਉਹਦੇ ਵਿੱਚ ਜਿੰਨੇ ਵੀ ਡੈੱਡ ਬੋਡੀਜ਼ ਨੇ ਅਸੀਂ ਸ਼ ਜਿੰਨਾ ਦਾ ਖਰਚਾ ਆਇਆ ਸੀ ਉਹਨਾਂ ਨੂੰ ਜਿਹੜਾ ਪ੍ਰੋਵਾਈਡ ਕੀਤਾ ਹੈਗਾ ਤੇ ਸਾਡੇ ਇਹਦੇ ਨਾਲ-ਨਾਲ ਅਸੀਂ ਕਈ ਤਰ੍ਹਾਂ ਦੀਆਂ ਅਸੀਂ ਅਪਰੇਲ ਇਹ ਕਰ ਰਹੇ ਹਾਂ ਸਾਡਾ ਕੱਲ ਹਲੇ ਆ ਜੀ ਬੇਸਿਕਲੀ ਲੁਧਿਆਣਾ ਦੇ ਵਿੱਚ ਹੀ ਐਮਬੂਲੈਂਸ ਜਿਹੜੀ ਹੈ ਸਰਵਿਸ ਸਾਡੀ ਹੈ ਹੈੱਡ ਆਫਿਸ ਹੈ ਸਿਵਲ ਹਸਪੀਟਲ ਲੁਧਿਆਣਾ ਇਥੇ ਹੀ ਰਨ ਕਰ ਰਹੇ ਹਾਂ ਅੱਜ ਬਸ ਸੰਵੇਦਨਾ ٹرسٹ ਜੋ ਕਿ ਨਾ ਸੋਣਾ ਕੰਮ ਕਰ ਰਿਹਾ ਲੁਧਿਆਣਾ ਦੇ ਹਰ ਇੱਕ ਨਾਗਰਿਕ ਦੀ ਜ਼ੁਬਾਨ ਤੇ ਮਤਲਬ ਤ੍ਰਿਫ ਹੈਗੀ ਸੋਚਿਆ ਨੇ ਕਿ ਇਹਨੂੰ ਹੋਰ ਅੱਗੇ ਜਾ ਕੇ ਵਧਾਈਏ ਹੋਰ ਸਟੇਟਸ ਦੇ ਵਿੱਚ ਜਾਂ ਫਿਰ ਹੋਰ ਸ਼ਹਿਰਾਂ ਦੇ ਵਿੱਚ ਅੱਗੇ ਜਾ ਕੇ ਵਧ ਚੜ ਕੇ ਹਿੱਸਾ ਲਈ ਦੇਖੋ ਸਾਡੇ ਜਿਹੜੇ ਪ੍ਰੈਜ਼ੀਡੈਂਟ ਰਵਿੰਦਰ ਅੋੜਾ ਜੀ ਜਿਹੜੇ ਪਹਿਲਾਂ ਸਾਡੇ ਪ੍ਰੈਜ਼ੀਡੈਂਟ ਸੀ ਉਹਨਾਂ ਦੀ ਵੀ ਏਮਸੀ ਪੰਜਾਬ ਤੱਕ ਇਹਨੂੰ ਲੈ ਕੇ ਜਾਣਾ ਪਹਿਲਾਂ ਕੱਲ ਲੁਧਿਆਣਾ ਸੀ ਲੁਧਿਆਣੇ ਤੋਂ ਅਸੀਂ ਕਾਫੀ ਡਿਸਟ੍ਰਿਕਟ ਬਾਹਰ ਤੱਕ ਚਲੇ ਗਏ ਅਸੀਂ ਪੂਰੇ ਪੰਜਾਬ ਦੇ ਵਿੱਚ ਐਮ뷸ੈਂਸ ਭੇਜਦੇ ਆ ਪਰ ਸਾਡੇ ਜਿਹੜੇ ਹੁਣ ਹੇਮਸ ਸੂਜੀ ਆਏ ਆ ਹੁਣ ਪ੍ਰੈਜ਼ੀਡੈਂਟ ਬਣੇ ਸਾਡੇ ਰਵਿੰਦਰ ਅੋੜਾ ਜੀ ਲਾਸਟ ਇਅਰ ਲਾਸਟ ਟੂ ਲਾਸਟ ਇਅਰ ਐਕਸਪਾਇਰ ਹੋ ਗਏ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਟਰਸਟ ਨੂੰ ਬਹੁਤ ਪ੍ਰਤਕ ਲੱਗੇ ਨੇ ਤੇ ਇਹਦੇ ਨਾਲ ਔਂਕਾਰ ਸਿੰਘ ਪਾਵਾ ਜੀ ਸਾਡੀ ਬਹੁਤ ਸਪੋਰਟ ਕਰਦੇ ਨੇ ਨਾਲ ਵਿਜੇ ਦਾਦੂ ਜੀ ਸਾਡੇ ਵਿਕਾਸ ਜਿੰਦਲ ਜੀ ਰਾਹਸਨ ਨਾਲੇ ਸਾਡੇ ਕਾਫੀ ਐਸੇ ਅੱਛੇ ਟਰਸਟੀ ਨੇ ਸਾਡੇ ਚੇਅਰਪਰਸਨ ਨਾਲ ਤੁਸੀਂ ਗੱਲ ਕੀਤੀ ਹੋਈ ਹੈ ਇਹਨਾਂ ਦੀ ਬਦੌਲਤ ਅੱਜ ਇਹ ਐਨ ਜੀਓ ਦਾ ਨਾਮ ਬਹੁਤ ਹਾਈ ਲੈਵਲ ਤੇ ਹੈਗਾ ਕੋਸ਼ਿਸ਼ ਕਰ ਰਹੇ ਨੇ ਹਿਮਤ ਜੀ ਚੇ ਕੰਮ ਕਰਕੇ ਵੀ ਇਹਨੂੰ ਪੰਜਾਬ ਲੈਵਾਂ ਤੱਕ ਲੈ ਕੇ ਜਾਈਏ ਲੋਕ ਕਿਸ ਤਰ੍ਹਾਂ ਅਪਰੋਚ ਕਰ ਸਕਦੇ ਨੇ ਕਿਉਂਕਿ ਦੇਖੋ ਅਸੀਂ ਇੱਕ ਦਫਤਰਤਾ ਬਣਾ ਲਿਆ ਹਸਪੀਟਲ ਦੇ ਅੰਦਰ ਤਾਂ ਜਿਹੜੇ ਆ ਰਹੇ ਨੇ ਕੋਈ ਉਹਨਾਂ ਨੂੰ ਗਾਈਡ ਕਰ ਦਿੰਦਾ ਹੈ ਕਿ ਬਈ ਇਹ ਟਰਸਟ ਇਸ ਤਰੀਕੇ ਨਾਲ ਹੈਲਪ ਕਰ ਸਕਦੀ ਹੈ ਬਟ ਉਸ ਤੋਂ ਇਲਾਵਾ ਲੋਕ ਹੀ ਕਿਵੇਂ ਅਪਰੋਚ ਕਰਨ ਦੇਖੋ ਪਹਿਲਾਂ ਤਾਂ ਰਵਿੰਦਰ ਰੋੜਾ ਜੀ ਦੀ ਇਹ ਸੋਚ ਸੀ ਤੇ ਸਾਡੇ ਸਾਰੇ ਟਰਸਟੀਆਂ ਦੀ ਵੀ ਅਸੀਂ ਆਪਣਾ ਨਾਮ ਨਹੀਂ ਕਰਨਾ ਬਟ ਆਹ ਲਾਸਟ ਦੋ ਦੋ ਸਾਲ ਤੋਂ ਹੀ ਤੇ ਦੇਖਿਆ ਉਹਨਾ ਸੰਵੇਦਨ ਦਾ ਨਾਮ ਥੋੜਾ ਜਿਹਾ মিডিਆ ਦੇ ਵਿੱਚ ਆਇਆ ਪਹਿਲਾਂ ਕੋਈ ਅਸੀਂ ਨਾਮ ਨਹੀਂ ਸੀ ਮੀਡੀਆ ਦੇ ਵਿੱਚ ਲੈ ਕੇ ਆਂਦੇ ਬਟ ਅ ਅੱਜ ਦੀ ਜ਼ਰੂਰਤ ਬਣ ਚੁੱਕੀ ਹੈ ਮੀਡੀਆ ਤਾਂ ਤੁਹਾਡੀ ਮੀਡੀਆ ਮੈਂ ਤਾਂ ਪਹਿਲਾਂ ਧੰਨਵਾਦ ਕਰਦਾ ਤੁਹਾਡੀ ਮੀਡੀਆ ਸਦਕੇ ਅੱਜ ਅਸੀਂ ਸੰਵੇਦਨਾ ਦਾ ਨਾਮ ਜਿਹੜਾ ਪੂਰੇ ਲੁਧਿਆਣਾ ਕੀ ਲੁਧਿਆਣਾ ਕੀ ਕਈ ਸ਼ਹਿਰਾਂ ਦੇ ਵਿੱਚ ਸਾਡਾ ਨਾਮ ਜਿਹੜਾ ਹੈ ਉਹ ਲੋਕਾਂ ਦੀ ਜ਼ੁਬਾਨ ਤੇ ਹੈ ਬਟ ਸਾਡਾ ਸਾਡਾ ਪਰਪਸ ਇਹੀ ਹੈਗਾ ਵੀ ਜਿਹੜੀ ਜਿਹੜੀ ਸਾਡੀ ਫੈਸਿਲਿਟੀ ਹੈ ਪਰਸਨ ਤੱਕ ਪਹੁੰਚੇ ਇਸ ਤਰ੍ਹਾਂ ਨਾ ਹੋਵੇ ਕੋਈ ਪਰਸਨ ਸਾਡੇ ਤੋਂ ਵਾਂਝਾ ਰਹਿ ਜਾਏ ਜਾਂ ਕਿਸੇ ਪਰਸਨ ਨੂੰ ਕੋਈ ਐਂਬੂਲੈਂਸ ਵਗੈਰਾ ਪ੍ਰੋਵਾਈਡ ਪ੍ਰੋਵਾਈਡ ਨਾ ਹੋਵੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ ਉਸ ਸਾਡਾ ਹੈਲਪਲਾਈਨ ਨੰਬਰ 9501500101 ਤੇ ਜੇ ਇਹ ਨਹੀਂ ਮਿਲਦਾ ਤਾਂ 9501510102 101 ਤੇ 102 ਜਿਹੜੇ ਸਾਡੇ ਨੰਬਰ ਨੇ ਜਿਹੜੇ ਇਹ ਹੈਲਪਲਾਈਨ ਲਈ ਬਿਲਕੁਲ ਫ੍ਰੀ ਆਫ ਕਾਸਟ ਐਂਬੂਲੈਂਸ ਅਸੀਂ ਪ੍ਰੋਵਾਈਡ ਕਰਦੇ ਹਾਂ 40 ਕਿਲੋਮੀਟਰ ਦੇ ਦੈਰੇ ਦੇ ਅੰਦਰ ਇਹਦੇ ਨਾਲ ਨਾਲ ਅਸੀਂ ਸਿਵਲ ਹਸਪੀਟਲ ਦੇ ਇੱਕ ਮਾਰਚੇ ਵੀ ਬਣਾਈ ਹੈ ਸ਼ਵਹਾਨੇ ਸਾਡੇ ਸਾਰੇ ਕੋ ਪੇਸ਼ੈਂਟ ਤੋਂ ਲੈ ਕੇ ਲਾਸਟ ਕਰਮਿਸ਼ਨ ਤੱਕ ਸਾਰੀ ਫੈਸਿਲਿਟੀਆਂ ਹੈਗੀਆਂ ਕਿਸੇ ਦਾ ਸੰਸਕਾਰ ਕਰਾਉਣਾ ਅਸੀਂ ਕਫਨ ਵੀ ਦਿੰਨੇ ਆ ਜਿਹੜਾ ਡੈਡ ਬੋਡੀਸ ਉੱਤੇ ਪੈਂਦਾ ਅਨਨੋਨ ਬੋਡੀਜ਼ ਨੂੰ ਅਸੀਂ ਪਿਕ ਕਰਕੇ ਲੈ ਕੇ ਆਨੇ ਆ ਤੇ ਪੇਸ਼ੈਂਟਸ ਨੂੰ ਪਿੱਕ ਕਰਕੇ ਲਿਕੇ ਕੋਵਿਡ ਦੇ ਵਿੱਚ ਅਸੀਂ ਨੀਅਰ ਬਟ 3000 ਜਿਹੜੇ ਜਿਹੜੇ ਡੈਡ ਬਾਡੀਜ਼ ਦੇ ਕਰਮਿਸ਼ਨ ਹੋਇਆ ਉਹ ਸਾਡੇ ਦਫਤਰ ਤੋਂ ਹੀ ਸਟਾਰਟ ਹੋਇਆ ਕਰਮਿਸ਼ਨ ਸੈਲ ਜਿਹੜਾ ਸੀਗਾ ਲੋਹਾਨਾ ਡਿਸਟ੍ਰਿਕਟ ਤੋਂ ਸਾਡੇ ਦਫਤਰ ਤੋਂ ਹੀ ਸਟਾਰਟ ਹੋਇਆ ਸੀ ਇਹਦੇ ਨਾਲ ਹੁਣ ਅਸੀਂ ਕਈ ਤਰ੍ਹਾਂ ਦੀਆਂ ਮਸ਼ੀਨਾਂ ਸਿਵਲ ਸਰਜਨ ਆਫਿਸ ਦਿੱਤੀਆਂ ਨੇ ਸਿਵਲ ਹਸਪੀਟਲ ਦੇ ਵਿੱਚ ਦਿੱਤੀਆਂ ਨੇ ਬਲੱਡ ਬੈਂਕ ਚ ਦਿੱਤੀਆਂ ਨੇ ਲੈਬ ਚ ਦਿੱਤੀਆਂ ਨੇ ਕੰਪਿਊਟਰ ਇਹਨਾਂ ਨੂੰ ਕੰਪਿਊਟਰ ਦੀ ਰਿਕੁਆਇਰਮੈਂਟ ਸੀ ਜਿਵੇਂ ਜਿਵੇਂ ਸਿਵਲ ਹਸਪੀਟਲ ਦੇ ਵਿੱਚ ਕੋਈ ਰਿਕੁਆਇਰਮੈਂਟ ਆਉਂਦੀ ਅਸੀਂ ਦਿੰਦੇ ਰਹਿੰਦੇ ਆ ਅੱਛਾ ਇੱਕ ਮਾਨਸਿਕਤਾ ਦੀ ਗੱਲ ਕਰਨ ਲੱਗੀ ਆ ਇੱਥੇ ਕਹਿੰਦੇ ਕਿ ਦਾਨਪੁਣਤਾ ਕਰ ਦਿੰਨੇ ਹੋ ਉਸ ਤੋਂ ਬਾਅਦ ਤੁਸੀਂ ਫੋਟੋਜ਼ ਖਜਾ ਕੇ ਮਤਲਬ ਕਿਤੇ ਨਾ ਕਿਤੇ ਉਸ ਸੋਚ ਨੂੰ ਕਿਵੇਂ ਦੇਖਦੇ ਹੋ ਤਾਂ ਹੀ ਤੁਹਾਨੂੰ ਕਹਿ ਰਹੀ ਸੀ ਪਿਛਲੇ 10 ਸਾਲਾਂ ਤੋਂ 11 ਸਾਲਾਂ ਤੋਂ ਅਸੀਂ মিডিਆ 'ਚ ਹੀ ਨਹੀਂ ਆਏ ਸੰਵੇਦਨਾ ٹرسٹ ਦਾ ਇੱਕੋ ਏਮ ਸੀਗਾ ਵੀ ਅਸੀਂ মিডিਆ ਦੇ ਵਿੱਚ ਇਸ ਨੂੰ ਨਹੀਂ ਲੈ ਕੇ ਜਾਣਾ ਇਹਨਾਂ ਦਾ ਨਾਮ ਨਹੀਂ ਲੈ ਕੇ ਆਣਾ ਅੱਜ ਵੀ ਅਸੀਂ ਕਿਸੇ ਸਾਡੇ ਟਰਸਟਿਸ ਇੰਨੇ ਨੇ ਅਸੀਂ ਅੱਗੇ ਕਿਸੇ ਦਾ ਨਾਮ ਨਹੀਂ ਲੈ ਕੇ ਆਂਦੇ ਬਟ ਕਈ ਕਈ ਵਾਰ ਸਾਡੀ ਸਾਨੂੰ ਸਾਨੂੰ ਪ੍ਰੈਸ਼ਰ ਹੁੰਦਾ ਵੀ ਮੀਡੀਆ ਦੇ ਵਿੱਚ ਲੈ ਕੇ ਆਓ ਤਾਂ ਹੀ ਲੋਕਾਂ ਨੂੰ ਪਤਾ ਲੱਗਿਆ ਦੂਜੇ ਲੋਕ ਐਨਕਰਜ ਹੋਣਗੇ ਅੱਜ ਤਾਂ ਹੀ ਅਸੀਂ ਚਾਰ ਪੰਜ ਬੰਦੇ ਜਿਹੜੇ ਸਾਡੇ ਮੇਨ ਮੁਖੀ ਹੈਗੇ ਨੇ ਉਹਨਾਂ ਦੇ ਨਾਮ ਅਸੀਂ ਪ੍ਰੈਜ਼ੈਂਟ ਕਰਦੇ ਆ ਤਾਂ ਕਿ ਲੋਕਾਂ ਨੂੰ ਵੀ ਅਵੇਅਰ ਕਰੀਏ ਵੀ ਇਸ ਤਰ੍ਹਾਂ ਦੇ ਕੰਮ ਕਰੋ ਤਾਂ ਕਿ ਲੋਕਾਂ ਦੀ ਜਿਹੜੇ ਲੁਧਿਆਣਾ ਇੱਕ ਐਸਾ ਡਿਸਟ੍ਰਿਕਟ ਹੈ ਜਿਸ ਦੇ ਵਿੱਚ ਬਹੁਤ ਵੱਡੀ ਪੋਪੂਲੇਸ਼ਨ ਹੈ ਤੇ ਮਾਈਗ੍ਰੇਟ ਲੇਬਰ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਬਹੁਤ ਲੋੜ ਹੈ ਤੇ ਸਰਕਾਰਾਂ ਆਪਣੇ ਲੈਵਲ ਤੇ ਕੰਮ ਕਰ ਰਹੇ ਨੇ ਬਟ ਉਹਨਾਂ ਦੀ ਵੀ ਕਈ ਐਸੀ ਬਾਉਂਡਰੀਜ਼ ਨੇ ਉਹ ਚੀਜ਼ਾਂ ਨੂੰ ਅਚੀਵ ਨਹੀਂ ਕਰ ਪੰਦੀਆਂ ਤਾਂ ਉਹਨਾਂ ਲਈ ਸਾਡੀ ਇਹੋ ਜਿਹੇ ਟਰਸਟਾਂ ਦੀ ਬਹੁਤ ਲੋੜ ਹੈ ਬਿਲਕੁਲ ਅੱਛਾ ਲੇਕਿਨ ਸਰਕਾਰਾਂ ਦਾ ਤੁਹਾਡੇ ਟਰਸਟ ਦੇ ਨਾਲ ਕਿਵੇਂ ਮੇਲ ਮਿਲਾਪ ਹੈ ਜਾਂ ਫਿਰ ਕਿਸ ਤਰ੍ਹਾਂ ਦਾ ਰਿਸਪੌਂਸ ਉਹਨਾਂ ਦੇ ਵੱਲੋਂ ਤੁਹਾਨੂੰ ਮਿਲ ਰਿਹਾ ਹੈ ਦੇਖੋ ਸਰਕਾਰ ਨੇ ਸਾਨੂੰ ਇੱਥੇ ਬਿਠਾਇਆ ਹੋਇਆ ਇਸ ਜਗ੍ਹਾ ਦੇ ਉੱਤੇ ਤਾਂ ਸਭ ਨਾਲ ਵੱਡਾ ਰਿਸਪੌਂਸ ਉਹਨਾਂ ਦਾ ਹੀ ਹੈ ਸਾਨੂੰ ਸਰਕਾਰ ਨੇ ਜਿੱਥੇ ਪਟਾਇਆ ਸੀ ਤਾਈਂ ਅਸੀਂ ਸੇਵਾ ਕਰ ਪਾ ਰਹੇ ਹਾਂ ਠੀਕ ਹੈ ਸਾਡੀ ਸੰਵੇਦਨਸ਼ੀਲਤਾ 'ਤੇ ਜਿੰਨੇ ਵੀ ਟ੍ਰਸਟਿਸ ਹੈਗੇ ਆ ਅਸੀਂ ਜਗ੍ਹਾ ਜਗ੍ਹਾ ਲੈਣ ਦੇ ਵਿੱਚ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਬੇਸਿਕ ਨੀਡ ਜਿਹੜੀ ਹੈ ਸਿਵਲ ਹਸਪੀਟਲ ਤੋਂ ਹੈ ਕਿਉਂਕਿ ਪੇਸ਼ੈਂਟ ਇੱਥੇ ਹੀ ਆਣਾ ਗਰੀਬ ਬੰਦੇ ਨੇ ਇੱਥੋਂ ਹੀ ਉਹਨੂੰ ਐਂਬੂਲੈਂਸ ਜੀਦੀ ਹੈ ਔਰ ਇੱਥੋਂ ਹੀ ਸਾਰਾ ਕੁਝ ਰਨ ਹੋਣਾ ਤਾਂ ਇਹ ਸਾਨੂੰ ਸਭ ਨਾਲ ਵੱਡਾ ਜਿਹੜਾ ਅਚੀਵਮੈਂਟ ਹੈ ਵੀ ਸਾਨੂੰ ਸਿਵਲ ਹਸਪੀਟਲ ਦੇ ਵਿੱਚ ਗਵਰਨਮੈਂਟ ਨੇ ਜਿਹੜੀ ਇੱਥੇ ਸੈਟ ਅੱਗੇ ਦਾ ਕੀ ਪ੍ਰੋਸੈਸ ਅੱਗੇ ਦਾ ਕੀ ਹੈ ਮੈਂ ਕਿਉਂਕਿ ਇਹ ਦੇਖੋ 2009 ਤੋਂ ਲੈ ਕੇ 23 ਤੱਕ ਲਗਾਤਾਰ ਕੰਟੀਨਿਊਸਲੀ ਚੱਲੀ ਜਾ ਰਿਹਾ ਕੰਮ ਤੱਕ ਕਦੀ ਸੇਵਾ ਰੁਕਦੀ ਵੀ ਨਹੀਂ ਹੈਨਾ ਅੱਗੇ ਕੀ ਕੁਝ ਸੋਚਿਆ ਹੋਇਆ ਹੋਰ ਕਿ ਕਿਹੜੇ ਕਿਹੜੇ ਸਟੇਟ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸ਼ਹਿਰਾਂ ਦੇ ਵਿੱਚ ਕਿਵੇਂ ਕੰਮ ਕਰ ਦੇਖੋ ਸਾਡਾ ਨਾ ਤੁਸੀਂ ਸ਼ਾਇਦ ਲੋਗੋ ਦੇਖਿਆ ਹੋਣਾ ਉੱਤੇ ਲਿਖਿਆ ਹੈ ਦਰਦ ਸਭ ਕੋ ਮਾਂਜਦਾ ਹੈ ਤਾਂ ਸਾਡੇ ਲੋਗੋ ਦੇ ਵਿੱਚ ਇਹ ਸਭ ਕੁਝ ਹੈ ਵੀ ਅਸੀਂ ਸਾਰੇ ਲੋਕਾਂ ਲਈ ਕਰਨਾ ਚਾਹੁੰਦੇ ਹਾਂ ਬਟ ਪਾਲਮ ਇਹ ਵੀ ਜਿਹੜੀਆਂ ਰਿਕੁਆਇਰਮੈਂਟ ਜਿਹੜੀਆਂ ਬੇਸਿਕਸ ਅਸੀਂ ਪੂਰੀਆਂ ਕਰ ਸੀ ਜਿਵੇਂ ਗਵਰਨਮੈਂਟ ਹੈ ਗਵਰਨਮੈਂਟ ਵੀ ਓਨੇਕ ਚੀਜ਼ਾਂ ਪੂਰੀਆਂ ਕਰ ਸਕਦੀ ਜਿੰਨੇ ਕੋ ਉਹਨਾਂ ਦਾ ਬਾਉਂਡ ਜਿੰਨੇ ਤੱਕ ਉਹਨਾਂ ਦਾ ਦਾਇਰਾ ਸਾਡਾ ਵੀ ਜਿੰਨਾ ਕਿ ਦਾਇਰਾ ਹੈਗਾ ਸੀ ਉਹਨੂੰ ਫੁਲਫਿਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿੰਨਾ ਵੀ ਹੋ ਸਕਦਾ ਸਾ ਅਸੀਂ ਪਰਮਾਤਮਾ ਨੇ ਹੀ ਅਰਦਾਸ ਕਰਦੇ ਆਂ ਵੀ ਐਂਬੂਲੈਂਸ ਕਿਸੇ ਨੂੰ ਲੋੜ ਹੀ ਨਾ ਪਵੇ ਬਿਲਕੁਲ ਠੀਕ ਹੈ ਜੀ ਤੇ ਸਾਡਾ ਸਾਡਾ ਏਮ ਇਹੀ ਹੈ ਵੀ ਜਿੱਥੇ ਤੱਕ ਲੋੜ ਕਿਸੇ ਨੂੰ ਨੀਡ ਪੈਂਦੀ ਹੈ ਤਾਂ ਅਸੀਂ ਉੱਥੇ ਤੱਕ ਅਪਰੋਚ ਕਰਕੇ ਉਹਨੂੰ ਫੈਸਿਲਿਟੀਆਂ ਦਈਏ ਜੀ ਕਿਹੜੇ ਅਦਸ਼ਾਂ ਤੇ ਅ ਕਿਸੇ ਕੇ ਪਾਉਂ ਕਾ ਕਾਟਾ ਨਿਕਾਲ ਕੇ ਤੋ ਦੇਖੇ ਤ ਉਹਨਾਂ ਦਾ ਮੈਂ ਸ਼ੇਅਰ ਯਾਦ ਕਰ ਰਹਾ ਮੈਨੂੰ ਥੋੜਾ ਜਿਆਦ ਨਹੀਂ ਆ ਰਿਹਾ ਉਹ ਕਹਿੰਦੇ ਸੀਗੇ ਤੇਮਾਰੇ ਦਿਲ ਕੀ ਚੁਬਨ ਵੀ ਕਭੀ ਕਮ ਹੋਗੀ ਕਿਸੇ ਕੇ ਪਾਉਂ ਕਾ ਕਾਟਾ ਨਿਕਾਲ ਕੇ ਤੋ ਦੇਖੋ ਤੇ ਇਹਦੇ ਵਿੱਚ ਸਭ ਕੁਝ ਆ ਜਾਂਦਾ ਜੇ ਆਪਣੇ ਦਿਲ ਦੀ ਚੁਬਨ ਤਾਂ ਹੀ ਕੱਟ ਹੋ ਸਕਦੀ ਜੇ ਆਪਾਂ ਕਿਸੇ ਦੇ ਪਾਉਂ ਦੇ ਵਿੱਚੋਂ ਕਿਸੇ ਦਰਦ ਨੂੰ ਸਮਝਾਂਗੇ ਤਾਂ ਇਹੀ ਕਹਿੰਦੇ ਹੋਏ ਵੀ ਮੈਂ ਤੁਹਾਡਾ ਧੰਨਵਾਦ ਕਰਦਾ ਤੇ ਮੈਂ ਸੰਵੇਦਨਾ ਟਸੋਲੋਂ ਇੱਕ ਅਪੀਲ ਕਰਦਾ ਵੀ ਜਿੰਨੋ ਵੀ ਐਂਬੂਲੈਂਸ ਜਾਂ ਕਿਸੇ ਤਰ੍ਹਾਂ ਦੀ ਫੈਸਿਲਿਟੀ ਅਸੀਂ ਹੁਣ 365 ਬੱਚਿਆਂ ਦੀ ਜਿਹੜੀ ਫੀਸ ਦੇ ਰਹੀਆਂ ਸਾਡੇ ਹੇਮਸੂਜੀ ਉਹ ਸਾਨੂੰ ਸਰਵਿਸ ਪ੍ਰੋਵਾਈਡ ਕਰ ਰਹੇ ਨੇ ਸਾਡੇ ਸੰਦੀਪ ਗੁਪਤਾ ਜੀ ਨਾਲ ਸਾਡੇ ਨੇ ਉਹ ਜਿਹੜੀਆਂ ਫੈਸਿਲਿਟੀ ਸਾਨੂੰ ਦੇ ਰਹੇ ਨੇ ਅਸੀਂ ਉਹਨਾਂ ਦੇ ਉਹਨਾਂ ਦੇ ਥਰੂ ਹੀ ਉਹਨਾਂ ਦੀ ਗਾਈਡਲਾਈਨਸ ਦੇ ਥਰੂ ਅੱਗੇ ਜਿਹੜੀ ਹੈ ਗਰੀਬ ਨਹੀਂ ਕਹਿ ਸਕਦੇ ਉਹ ਵੀ ਸਾਡੇ ਵਰਗੇ ਮਾਪਪ ਦੇ ਬੱਚੇ ਨੇ ਉਹ ਬੱਚਿਆਂ ਨੂੰ ਜਿਹੜੇ ਨੀਡਫੁਲ ਹੈਗੇ ਨੇ ਉਹਨਾਂ ਬੱਚਿਆਂ ਨੂੰ ਅਸੀਂ ਜਿਹੜੀ ਫੀਸ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਇਹਦੇ ਨਾਲ ਹੀ ਮੈਂ ਇੱਕ ਅਪੀਲ ਕਰਨਾ ਚਾਹੁੰਦਾ ਜਿਹੜੇ ਸੰਵੇਦਨਾ ਟੈਸਟ ਦਾ ਜਿਹੜਾ ਕੋਈ ਲਾਹਾ ਲੈਣਾ ਚਾਹੁੰਦੇ ਨੇ ਸਾਡਾ ਜਿਹੜਾ ਹੈਲਪਲਾਈਨ ਨੰਬਰ ਹੈ 9501500101 ਤੇ 9501500102 ਇਸ ਤੇ ਕਾਲ ਕਰਕੇ ਕਦੇ ਵੀ ਉਹ ਐਂਬੂਲੈਂਸ ਜਾਂ ਕਿਸੇ ਹੋਰ ਤਰ੍ਹਾਂ ਦੀ ਫੈਸਿਲਿਟੀ ਜਿਹੜੀਆਂ ਸੰਵੇਦਨਾ ٹرسٹ ਦੇ ਰਹੀ ਹੈ ਲੈ ਸਕਦੇ। ਥੈਂਕ ਯੂ ਸੋ ਮਚ। ਥੈਂਕ ਯੂ ਜੀ। ਸੋ ਸਟੱਡੀ ਤੋਂ ਲੈ ਕੇ ਸਿੱਖਿਆ ਤੋਂ ਲੈ ਕੇ ਚਿਕਤਸਾ ਅਸੀਂ ਕਹਿ ਸਕਦੇ ਹਾਂ ਹੈਲਥ ਤੋਂ ਦਾ ਵੀ ਬਹੁਤ ਜ਼ਿਆਦਾ ਧਿਆਨ ਰੱਖ ਰਹੇ ਨੇ। ਹਰ ਤਰ੍ਹਾਂ ਦੀ ਫੈਸਿਲਿਟੀ ਇਹਨਾਂ ਵੱਲੋਂ ਪ੍ਰੋਵਾਈਡ ਕੀਤੀ ਜਾ ਰਹੀ ਹੈ। ਸੋ ਸੰਵੇਦਨਾ ٹرسٹ ਦਾ ਨਾਂ ਜਿੱਥੇ ਵੀ ਆਏਗਾ ਮੈਂ ਤਾਂ ਇੱਕ ਹੀ ਚੀਜ਼ ਕਹੂੰਗੀ ਕਿ ਇਸ ਤਰ੍ਹਾਂ ਦੇ ਟਰੱਸਟ ਨੂੰ ਦੇਖਣ ਤੋਂ ਬਾਅਦ ਐਨ ਲੱਗਦਾ ਇਨਸਾਨੀਅਤ ਹੁਣ ਵੀ ਜਿੰਦਾ ਹੈ ਤੁਹਾਨੂੰ ਕਿੱਦਾਂ ਲੱਗਿਆ ਗੱਲਬਾਤ ਕਰਕੇ ਕਮੈਂਟ ਸੈਕਸ਼ਨਸ ਦੇ ਵਿੱਚ ਜ਼ਰੂਰ ਲਿਖ ਕੇ ਸ਼ੇਅਰ ਕਰਿਓ ਤੇ ਇਸੇ ਤਰ੍ਹਾਂ ਦੇਖਦੇ ਰਹੋ ਸਿਟੀ ਹੋਮ ਨਿਊਜ਼ ਕੈਮਰਾ ਪਰਸਨ ਨਵਲ ਦੇ ਨਾਲ ਸ਼ਿਵਾਂਗੀ